ਦੋਸਤੋ, ਪੰਜਾਬੀ ਦੀ ਮਸ਼ਹੂਰ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਜੀ ਲਿਖਦੀਆਂ ਨੇ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ, ਅਤੇ ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ। ਇੱਕ ਰੋਈ ਸੀ ਦੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦ ਮੰਦਾਂ ਦਿਆ ਦਰਦਿਆ, ਤੱਕ ਆਪਣਾ ਪੰਜਾਬ, ਅੱਜ ਵਿਹਲੇ ਲਾਸ਼ਾਂ ਵਿਛੀਆਂ ਅਤੇ ਲਹੂ ਦੀ ਭਰੀ ਚਨਾਬ। ਦੋਸਤੋ, ਅੰਮ੍ਰਿਤਾ ਜੀ ਦਾ ਇਹ ਨਜ਼ਮ ਜਿਹੜੀ ਹੈ, ਇਹ ਇਸ ਤੋਂ ਅੱਗੇ ਵੀ ਹੈ ਜੋ ਮੈਂ ਇਸਦੇ ਪਿਕਚਰ ਰਾਹੀਂ ਇੱਥੇ ਹੀ ਮੈਂ ਉਸਨੂੰ ਇੰਸਰਟ ਕਰ ਦਿਆਂਗਾ, ਤੁਸੀਂ ਉਸ ਪੂਰੀ ਨਜ਼ਮ ਨੂੰ ਪੜ੍ਹ ਸਕਦੇ ਹੋ। ਇਹ ਉਹ ਹਾੜਾ ਹੈ ਜਿਹੜਾ ਪਾਰਟੀਸ਼ਨ ਦੇ ਟਾਈਮ ਸਾਡੇ ਪੰਜਾਬ ਦੇ ਬਹੁਤ ਘੱਟ ਰਾਈਟਰਸ, ਬਹੁਤ ਘੱਟ ਸ਼ਾਇਰਾਂ ਨੇ ਬਿਆਨਿਆ ਹੈ। ਨਹੀਂ ਤਾਂ ਪੰਜਾਬ ਦੀ ਧਰਤੀ 'ਤੇ ਜਿਹੜਾ ਇੱਕ ਹਿਸਟੋਰੀਕਲ, ਇੱਕ ਜਿਹੜਾ ਇਨਸਾਨਾਂ ਦੀ ਕੱਟ ਵੱਧ ਹੁੰਦੀ ਹੈ, ਉਸ ਨੂੰ ਪੰਜਾਬ ਦੇ ਆਪਣੇ ਪੁੱਤਰਾਂ, ਆਪਣੇ ਧੀਆਂ, ਜੋ ਆਪਣੇ ਅੱਖੀਂ ਵੇਖਿਆ, ਉਹਨਾਂ ਨੂੰ ਉਸ ਤਰੀਕੇ ਦੇ ਨਾਲ ਬਿਆਨ ਨਹੀਂ ਕੀਤਾ। ਗੋ ਕਿ ਉਹਦੇ ਵਿੱਚੋਂ ਕੁਛ ਰਾਈਟਰਸ ਨੇ, ਕੁਛ ਸ਼ਾਇਰਾਂ ਨੇ ਉਸ 'ਤੇ ਕੰਮ ਕੀਤਾ ਵੀ, ਆਪਣਾ ਦੁੱਖ ਦਾ ਇਜ਼ਹਾਰ ਉਹ ਸਾਹਮਣੇ ਲੈ ਕੇ ਵੀ ਆਏ, ਜਿਹਦੇ ਵਿੱਚ ਅੱਜ ਦੇ ਸਾਡੇ ਸ਼ਾਇਰ ਅਫਜ਼ਲ ਸਾਹਿਬ ਦੀ ਸ਼ਾਇਰੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਅਤੇ ਉਹਦੇ ਵਿੱਚ ਵੀ ਆਉਂਦਾ ਪਾਰਟੀਸ਼ਨ ਦਾ ਜਿਹੜਾ ਹੜਾ ਹੈ ਸਾਡੇ ਬਾਬੇ ਲੀਕਾਂ ਚੁੰਮੀਆਂ ਵਾਲਾ, ਲੇਕਿਨ ਉਸ 'ਤੇ ਉਹ ਕੰਮ ਨਹੀਂ ਹੋ ਸਕਿਆ ਜਿਹੜਾ ਹੋਣਾ ਚਾਹੀਦਾ ਸੀ ਦੋਨੋਂ ਸਾਈਡਾਂ 'ਤੇ। ਪੰਜਾਬ ਦੀ ਪਾਰਟੀਸ਼ਨ ਤੋਂ ਬਾਅਦ ਇੰਡੀਆ, ਜੋ ਹਿੰਦੁਸਤਾਨ ਹੈ ਮੌਜੂਦਾ, ਔਰ ਜੋ ਪਾਕਿਸਤਾਨ ਮੌਜੂਦਾ ਹੈ, ਇਹ ਬਣਦੇ ਨੇ, ਜਿਨ੍ਹਾਂ ਨੂੰ ਬਣਿਆ ਨੂੰ ਅੱਜ 70 ਸਾਲ ਤੋਂ ਬਾਅਦ 71 ਸਾਲਵਾਂ ਉਹ ਜਿਹੜਾ ਹੈ ਉਹਦੀ ਤਕਰੀਬਾਤ ਜਿਹੜੀਆਂ ਉਹ ਸਟਾਰਟ ਹੋ ਚੁੱਕੀਆਂ ਨੇ। ਕੱਲ੍ਹ ਪਾਕਿਸਤਾਨੀ ਸਾਡੇ ਭੈਣਾਂ ਭਰਾ ਉਹ ਜਸ਼ਨ ਆਜ਼ਾਦੀ ਮਨਾ ਰਹੇ ਸੀ, ਔਰ ਅੱਜ ਸਾਡੇ ਇੰਡੀਅਨ ਭੈਣਾਂ ਭਰਾ ਜਿਹੜੇ ਉਹ ਆਜ਼ਾਦੀ ਮਨਾ ਰਹੇ, ਲੇਕਿਨ ਇਹਦੇ ਪਿੱਛੇ ਜੋ ਪੰਜਾਬ 'ਤੇ ਵਾਪਰੀ ਉਹ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ, ਨਾ ਸਾਡੇ ਚੈਨਲਸ 'ਤੇ, ਨਾ ਇੰਡੀਅਨ ਚੈਨਲ 'ਤੇ। ਦੋਸਤੋ, ਇਸ ਵੀਡੀਓ ਦਾ ਇਹ ਹਰਗਜ਼ ਮਤਲਬ ਨਹੀਂ ਹੈ ਕਿ ਅਸੀਂ ਕੋਈ ਮੈਂ ਪਾਕਿਸਤਾਨੀ ਹਾਂ, ਮੈਨੂੰ ਆਪਣੇ ਮੁਲਕ ਨਾਲ ਬਹੁਤ ਜ਼ਿਆਦਾ ਪਿਆਰ ਹੈ, ਮੈਨੂੰ ਇੰਡੀਆ ਨਾਲ ਇਸ ਲਈ ਪਿਆਰ ਹੈ ਕਿ ਇੰਡੀਆ ਮੇਰਾ ਪੜੋਸੀ ਮੁਲਕ ਹੈ ਔਰ ਉੱਥੇ ਵੀ ਇਨਸਾਨ ਵੱਸਦੇ ਨੇ। ਮੈਨੂੰ ਦੁਨੀਆ ਦੇ ਕਿਸੇ ਮੁਲਕ ਦੇ ਨਾਲ ਇਸੇ ਤਰ੍ਹਾਂ ਪਿਆਰ ਹੋਏਗਾ ਕਿ ਉਹ ਬਹੁਤ ਸਾਰੇ ਇਨਸਾਨਾਂ ਦਾ ਮੁਲਕ ਹੈ, ਲੇਕਿਨ ਮੈਨੂੰ ਸਭ ਤੋਂ ਜ਼ਿਆਦਾ ਜੋ ਪਿਆਰ ਹੈ, ਜੋ ਤਕਲੀਫ, ਜੋ ਹੁੱਬ ਹੈ, ਉਹ ਮੈਨੂੰ ਆਪਣੇ ਪੰਜਾਬ ਨਾਲ ਹੈ, ਔਰ ਉਸ ਤੋਂ ਬਾਅਦ ਮੈਨੂੰ ਸਾਰਿਆਂ ਦੇ ਨਾਲ ਹੋਏਗੀ। ਪੰਜਾਬ ਦੀ ਜੋ ਪਾਰਟੀਸ਼ਨ ਹੈ, ਇਹ ਪੰਜਾਬ ਦੀ ਮੈਂ ਵਾਰ ਵਾਰ ਇਸ ਲਈ ਪਾਰਟੀਸ਼ਨ ਕਹਿ ਰਹੀ ਹਾਂ ਕਿ ਪਾਰਟੀਸ਼ਨ ਹੋਈ ਹੀ ਪੰਜਾਬ ਦੀ ਸੀ। ਬਾਕੀ ਅਗਰ ਕੋਈ ਲੋਕ ਇੱਧਰੋਂ ਉੱਠ ਕੇ, ਕੁਛ ਲੋਕ ਚਲੇ ਗਏ, ਔਰ ਜਦੋਂ ਉੱਥੇ ਕਲੇਮ ਪੈ ਰਹੇ ਉਦੋਂ ਚਲੇ ਜਾਂਦੇ ਨੇ, ਔਰ ਸਕੂਨ ਦੇ ਨਾਲ ਚਲੇ ਜਾਂਦੇ ਨੇ, ਅਤੇ ਉਹਨਾਂ ਨੂੰ ਮੈਂ ਕਿਉਂ ਇਤਨੀ ਉਸ ਲੈਵਲ ਦੀ ਪਾਰਟੀਸ਼ਨ, ਉਸ ਲੈਵਲ ਦੀ ਹਿਜਰਤ ਨਹੀਂ ਕਰਾਂਗਾ, ਕਹਾਂਗਾ ਜਿਸ ਲੈਵਲ ਦੀ ਪਾਰਟੀਸ਼ਨ ਪੰਜਾਬ ਦੇ ਵਿੱਚ ਹੋਈ ਹੈ। ਪੰਜਾਬ ਦੀ ਪਾਰਟੀਸ਼ਨ ਜੋ ਹੋਣੀ ਸੀ, ਜੋ ਪਲੈਨ ਸੀ, ਉਸ ਤੋਂ ਪਹਿਲੇ ਇਹ ਇੱਕ ਸਾਲ ਪਾਰਟੀਸ਼ਨ ਜਿਹੜੀ ਹੈ ਇਹ ਕਰ ਦਿੱਤੀ ਜਾਂਦੀ ਹੈ, ਔਰ ਇਸ ਦੇ ਬਾਵਜੂਦ ਕਿ ਮਾਰਚ ਦੇ ਜਿਹੜੇ ਦੰਗੇ ਫਸਾਦ ਨੇ, ਜਿਹੜੇ ਸਿੱਖਾਂ, ਹਿੰਦੂਆਂ ਔਰ ਮੁਸਲਮਾਨ ਵਿਚਕਾਰ ਇੱਕ ਮਜ਼ਹਬੀ ਮੁਨਾਫਰਤ ਪੈਦਾ ਕਰਕੇ ਜਿਹੜੇ ਲੋਕ ਸਦੀਆਂ ਤੋਂ ਇਕੱਠੇ ਰਹਿ ਰਹੇ ਸੀ, ਵੱਢ ਟੁੱਕ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਇਹਦੇ ਤੋਂ ਕੁਛ ਨਹੀਂ ਸਿੱਖਿਆ ਜਾਂਦਾ ਔਰ ਨਹੀਂ ਸੋਚਿਆ ਜਾਂਦਾ ਕਿ ਤੁਸੀਂ ਇਹ ਕਰੋੜਾਂ ਇਨਸਾਨਾਂ ਦੀ ਜਦੋਂ ਤੁਸੀਂ ਪਾਰਟੀਸ਼ਨ ਕਰੋਗੇ ਤਾਂ ਉਹਦਾ ਤੁਹਾਡੇ ਕੋਲ ਪਲੈਨ ਕੀ ਹੈ। ਸੋ ਇਹੀ ਹੋਇਆ, ਪੰਜਾਬ ਦੀ ਪਾਰਟੀਸ਼ਨ ਸ਼ੁਰੂ ਹੋਈ।
ਔਰ ਉਸ ਪਾਰਟੀਸ਼ਨ ਦੇ ਬਦਲੇ ਇਨ ਲੱਖਾਂ ਮਾਸੂਮ ਇਨਸਾਨ ਜਿਹੜੇ ਸੀ ਉਹ ਜਾਨਵਰਾਂ ਦੀ ਤਰ੍ਹਾਂ ਇੱਧਰੋਂ ਥੱਕ ਕੇ ਉੱਧਰ ਕੀਤੇ ਗਏ ਅਤੇ ਉੱਧਰੋਂ ਥੱਕ ਕੇ ਇੱਧਰ ਕੀਤੇ ਗਏ। ਇਨਸਾਨੀ ਤਾਰੀਖ ਗਵਾਹ ਹੈ ਕਿ ਦੁਨੀਆਂ ਦੇ ਕੰਢ 'ਤੇ ਕੋਈ ਐਸੀ ਹਿਜਰਤ ਨਹੀਂ ਹੋਈ, ਇਸ ਤਰ੍ਹਾਂ ਦੀ ਕੋਈ ਹਿਜਰਤ ਨਹੀਂ ਹੋਈ ਕਿ ਤੁਸੀਂ ਘੱਟੋ ਘੱਟ 70 ਲੱਖ ਬੰਦਾ ਤੁਸੀਂ ਪਾਕਿਸਤਾਨੀ ਪੰਜਾਬ 'ਚ ਕਹਿ ਰਹੇ ਹੋ ਕਿ ਇੱਥੋਂ ਨਿਕਲ ਜਾਓ, ਆਪਣੇ ਘਰ ਬਾਰ ਛੱਡ ਦਿਓ ਔਰ ਤੁਹਾਨੂੰ ਕੋਈ ਸ਼ੈਲਟਰ ਨਹੀਂ, ਤੁਸੀਂ ਫਲਾਂ ਜਗ੍ਹਾ 'ਤੇ ਪਹੁੰਚ ਜਾਣਾ। ਔਰ ਲਗਭਗ 70 ਲੱਖ ਦੇ ਕਰੀਬ ਹੀ ਇੰਡੀਅਨ ਸਾਈਡ 'ਚ ਜਿਹੜਾ ਪੰਜਾਬ ਹੈ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਪਾਕਿਸਤਾਨੀ ਪੰਜਾਬ ਚਲੇ ਜਾਓ। ਔਰ ਇਸ ਸਾਰੇ ਅਮਲ ਦੇ ਵਿੱਚ 70,000 ਦੇ ਕਰੀਬ ਔਰਤਾਂ ਦੀਆਂ ਇੱਜ਼ਤਾਂ ਲੁੱਟਦੀਆਂ ਹਨ। ਉਹ ਪੰਜਾਬ ਦੀਆਂ ਧੀਆਂ ਸੀ, ਉਹ ਸਿੱਖਾਂ ਦੀਆਂ, ਹਿੰਦੂਆਂ ਦੀਆਂ, ਮੁਸਲਮਾਨਾਂ ਦੀਆਂ, ਉਹ ਬਾਅਦ ਦੇ ਵਿੱਚ ਹੈ। ਔਰ ਇਸ ਸਾਰੇ ਅਮਲ ਦੇ ਵਿੱਚ ਲਗਭਗ ਕੋਈ ਘੱਟੋ ਘੱਟ ਕੋਈ 10 ਲੱਖ ਦੇ ਕਰੀਬ ਬੰਦਾ ਮਰ ਜਾਂਦਾ ਹੈ, ਜਿਹੜਾ ਅੱਜ 71 ਸਾਲ ਗੁਜ਼ਰਨ ਬਾਅਦ ਵੀ ਸਵਾਲੀਆ ਨਿਸ਼ਾਨ ਹੈ ਕਿ ਉਹਨਾਂ ਦਾ ਕਸੂਰ ਕੀ ਸੀ। ਅੱਜ ਬਿਲਕੁਲ ਸਾਨੂੰ ਜਸ਼ਨ-ਏ ਆਜ਼ਾਦੀ ਮਨਾਉਣਾ ਚਾਹੀਦਾ, ਬਿਲਕੁਲ ਸਾਨੂੰ ਇੱਕ ਆਜ਼ਾਦ ਕੌਮ ਦੇ ਤੌਰ 'ਤੇ ਪਾਕਿਸਤਾਨੀ ਔਰ ਹਿੰਦੁਸਤਾਨੀ ਹੋਣ ਦੇ ਨਾਤੇ 'ਤੇ ਫਖਰ ਹੋਣਾ ਚਾਹੀਦਾ। ਲੇਕਿਨ ਜਿਹੜੇ ਉਹ ਕੋਈ 10 ਲੱਖ, ਇਹ ਮੈਂ ਘੱਟੋ ਘੱਟ ਦੱਸ ਰਹੀ ਹਾਂ, ਉਹ 10 ਲੱਖ ਇਸ ਤੋਂ ਜ਼ਿਆਦਾ ਤਾਦਾਦ ਹੈ ਮਰਨ ਵਾਲਿਆਂ ਦੀ, ਉਹਨਾਂ ਦੀ ਯਾਦ ਦੇ ਵਿੱਚ ਕਿਆ ਕੋਈ ਸਰਕਾਰੀ ਸਤਹ 'ਤੇ ਕਦੀ ਇੱਕ ਸ਼ਮਾ ਰੋਸ਼ਨ ਕੀਤੀਆਂ ਗਈ, ਕੋਈ ਉਹਨਾਂ ਨੂੰ ਯਾਦ ਕੀਤਾ ਗਿਆ? ਕੋਈ 4 ਹੰਝੂ ਜਿੱਥੇ ਵਹਾਏ ਗਏ, ਉਹਨਾਂ ਦੇ ਪੋਤੇ ਪੋਤੀਆਂ ਪੜਪੋਥੜੇ ਅੱਜ ਵੀ ਜੀਂਦੇ ਨੇ, ਲੇਕਿਨ ਉਹਨਾਂ ਨੂੰ ਆਪਣੇ ਵੱਡਿਆਂ ਦੀ ਕੋਈ ਖਬਰ ਨਹੀਂ ਕਿ ਉਹਨਾਂ 'ਤੇ ਕੀ ਵਾਪਰੀ। ਇਸ ਨੂੰ ਸਮਝਣ ਦੀ ਲੋੜ ਹੈ, ਪਾਕਿਸਤਾਨ ਕਾਇਮ ਰਹੇ, ਹਿੰਦੁਸਤਾਨ ਕਾਇਮ ਰਹੇ, ਪੂਰੀ ਦੁਨੀਆ ਕਾਇਮ ਰਹੇ, ਅਸੀਂ ਅਮਨ ਚਾਹੁੰਦੇ ਹਾਂ, ਲੇਕਿਨ ਉਹ ਅਮਨ ਪੂਰੇ ਸੱਚ ਦੇ ਨਾਲ ਅਸੀਂ ਚਾਹੁੰਦੇ ਹਾਂ। ਔਰ ਇਹਦੇ ਇਸ ਸੱਚ ਨੂੰ ਜਾਣਨ ਵਾਸਤੇ ਸਾਨੂੰ ਜੋ ਸਾਡੇ ਉਦਬਾਰ ਲਿਖਾਰੀਆਂ ਔਰ ਮੁਹੱਕਕਾਂ ਨੇ ਇਸ 'ਤੇ ਕੰਮ ਕੀਤਾ, ਉਹ ਬੜਾ ਸ਼ਰਮਨਾਕ ਕੰਮ ਹੈ। ਉਹਦੇ 'ਤੇ ਸਾਡੀ ਜੇ ਲੱਭੀਏ ਤਾਂ ਸਿਵਾਏ ਸਾਨੂੰ 2-4 ਲੋਕਾਂ ਦੇ ਕੁਛ ਨਹੀਂ ਲੱਭਦਾ। ਔਰ ਉਹਦੇ ਵਿੱਚ ਡਾਕਟਰ ਇਸ਼ਤਿਆਕ ਅਹਿਮਦ ਦਾ ਜੋ ਕੰਮ ਹੈ, ਉੱਥੋਂ ਬਹੁਤ ਸਾਰੀਆਂ ਗਿਰਾਂ ਖੁੱਲਦੀਆਂ ਔਰ ਬੜਾ ਇੱਕ ਉਹਨਾਂ ਨੇ ਮਤਲਬ ਆਪਣੀ ਤਹਿਕੀਕ ਇਸ ਲੈਵਲ ਦੀ ਕੀਤੀ ਹੈ ਕਿ ਉਹਨਾਂ ਨੇ ਸੱਚ ਨੂੰ ਜਾਣਿਆ ਹੈ। ਔਰ ਉਹਨਾਂ ਦੀ ਕਿਤਾਬ ਪੰਜਾਬ ਕਾ ਬਟਵਾਰਾ, ਉਹ ਅੱਜ ਪਾਕਿਸਤਾਨ ਦੇ ਵਿੱਚ ਵੀ ਅਵੇਲੇਬਲ ਹੈ, ਇੰਡੀਆ ਵਿੱਚ ਵੀ ਅਵੇਲੇਬਲ ਹੈ, ਜੋ ਕੋਈ ਦੋ ਸੱਚ ਨੂੰ ਜਾਣਾ ਚਾਹੁੰਦੇ ਨੇ ਔਰ ਦੋਨੋਂ ਸਟੇਟਸ ਤੋਂ ਇਹ ਸੱਚ ਜਾਣਵਾਉਣਾ ਚਾਹੁੰਦੇ ਨੇ, ਉਹ ਕਿਤਾਬ ਜ਼ਰੂਰ ਪੜ੍ਹਨ। ਬਾਕੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਅੱਜ ਵੀ ਉਸ ਵੇਲੇ ਦੇ ਜਿਹੜੇ ਕੋਈ ਬਾਬੇ ਸੀ, ਅੱਜ ਬਾਬੇ ਉਸ ਵੇਲੇ ਜਿਨ੍ਹਾਂ ਦੀ ਉਮਰ 10-15 ਸਾਲ ਸੀ, ਜਿਨ੍ਹਾਂ ਅੱਖਾਂ ਨਾਲ ਸਾਰਾ ਕੁਛ ਦੇਖਿਆ, ਉਹਨਾਂ ਤੋਂ ਪੁੱਛ ਲਓ ਕਿ ਅੱਜ ਚੈਨਲ ਕੀ ਕਹਿ ਰਹੇ ਨੇ, ਉਹ ਕੀ ਕਹਿੰਦੇ ਨੇ। ਅਫਸੋਸ ਕਿ ਉਹ ਜਿਹੜੇ ਸੀਨਿਆਂ ਦੇ ਵਿੱਚ ਸੱਚ ਛੁਪਿਆ ਉਹਨਾਂ ਬਾਬਿਆਂ ਦਾ, ਉਹ ਹੌਲੀ ਹੌਲੀ ਮੁੱਕਦੇ ਜਾ ਰਹੇ ਨੇ ਸਾਡੇ ਕੋਲ, ਔਰ ਅੱਜ ਸਾਨੂੰ ਲੱਭਿਆ ਬੜੇ ਘੱਟ ਲੱਭਦੇ ਨੇ। ਲੇਕਿਨ ਜਦੋਂ ਵੀ ਤੁਸੀਂ ਸੱਚ ਲੱਭੋਗੇ, ਚਾਹੇ ਸਦੀਆਂ ਗੁਜ਼ਰ ਜਾਣਗੀਆਂ, ਇਹ ਸੱਚ ਤੁਹਾਨੂੰ ਲੱਭ ਜਾਵੇ।